ਪਹਿਲਾਂ ਤਾਂ ਆਪਣੇ ਆਪਣੀਆਂ ਮਸ਼ੀਨ ਸਾਫ਼ ਕਰ ਲੈਂਦੇ ਸੀ ਅਤੇ ਅੱਜ ਇਹ ਮਸ਼ੀਨ ਨੂੰ 2 ਘੰਟੇ ਦੀ ਧੁੱਪ ਲੱਗਣ ਤੋਂ ਬਾਅਦ ਇਹਦੇ ਟੂਲਾਂ 'ਚੋਂ ਜਿਹੜਾ ਸਮਾਨ ਕੱਢਿਆ ਉਹ ਸਮਾਨ ਸਾਫ਼ ਕਰਕੇ ਦੁਬਾਰਾ ਟੂਲਾਂ 'ਚ ਪਾਵਾਂਗੇ। ਆਪਾਂ 2 ਬੰਦੇ ਉਰੇ ਛੱਡਾਂਗੇ ਜਿਹੜੇ ਮਸ਼ੀਨ ਦੇ ਟੂਲਾਂ 'ਚ ਸਮਾਨ ਪਾਉਣਗੇ ਅਤੇ ਬਾਕੀ 4 ਬੰਦੇ ਨਾਲ ਲੈ ਕੇ ਇੱਥੋਂ 400-500 ਕਿਲੋਮੀਟਰ 'ਤੇ ਆਪਣੇ ਮਸ਼ੀਨਾਂ ਦੇ ਸਮਾਨ ਦਾ ਮੇਨ ਸਟੋਰ ਆ ਉਹ ਸਟੋਰ ਦੇ ਵਿੱਚ ਜਾਵਾਂਗੇ। ਸੀਜ਼ਨ ਦੇ ਵਿੱਚ ਉੱਥੇ ਕੀ ਸਮਾਨ ਘਟਿਆ ਜਾਂ ਕੀ ਸਮਾਨ ਉੱਥੇ ਪਿਆ ਉਹ ਸਾਰੇ ਦੀਆਂ ਲਿਸਟਾਂ ਬਣਾਵਾਂਗੇ। ਲਿਸਟਾਂ ਬਣਾਉਣ ਤੋਂ ਬਾਅਦ ਜਿਹੜਾ ਸਮਾਨ ਘਟਿਆ ਫਿਰ ਪੰਜਾਬ 'ਚੋਂ ਸਮਾਨ ਲੈ ਕੇ ਆਵਾਂਗੇ। ਆਪਾਂ 2 ਬੰਦੇ ਉਰੇ ਛੱਡਾਂਗੇ ਉਹ ਟੂਲਾਂ 'ਚ ਸਮਾਨ ਪਾਉਣਗੇ ਬਾਕੀ 4 ਬੰਦੇ ਲੈ ਕੇ ਆਪਾਂ ਆਪਣੇ ਸਟੋਰ 'ਚ ਚੱਲਾਂਗੇ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਤੁਹਾਡਾ ਫਿਰ ਤੋਂ ਇੱਕ ਨਵੀਂ ਵੀਡੀਓ 'ਚ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਮਾਰ ਕੇ ਸੁੱਕਣ ਵਾਸਤੇ ਲਾਤੀ ਸੀ ਵੀ ਅੱਜ ਸੁੱਕ ਜੂਗੀ ਅਤੇ ਉਹਦੇ ਬਾਅਦ ਟੂਲਾਂ 'ਚ ਸਮਾਨ ਪਾ ਦਾਂਗੇ। ਸਮਾਨ ਸਮੂਨ ਆਪਾਂ ਨੇ ਸੈੱਟ ਕਰ ਲਏ ਸੀ, ਲਿਖਣ ਵਾਲਾ ਸੀ ਜਿਹੜਾ ਉਹ ਲਿਖ ਲਿਆ ਸੀ ਅਤੇ ਸਮਾਨ ਲਿਖਦੇ ਲਿਖਦੇ ਅੱਜ ਫਿਰ ਡੇਲੀ ਵਾਲਾ ਕੰਮ ਫਿਰ ਲੱਗ ਗਿਆ ਪੈਣ ਮੀਂਹ। ਅੱਜ 10 ਦਿਨ ਹੋ ਗਏ ਲਗਾਤਾਰ, ਕਦੇ ਸਵੇਰੇ ਕਦੇ ਸ਼ਾਮ ਨੂੰ, 10 ਦਿਨਾਂ ਦਾ ਲਗਾਤਾਰ ਮੀਂਹ ਪਈ ਜਾਂਦਾ। ਆਪਾਂ ਨੂੰ ਐਸੀ ਵੀ ਮਸ਼ੀਨ ਸੁੱਕ ਜੂ, ਤਰਪਾਲ ਪਾ ਕੇ ਚੱਲ ਇਹ ਮਸ਼ੀਨ ਖੜਾਉਂਦੇ ਹੋ ਜਾਂਗੇ, ਪਰ ਇਹ ਮਸ਼ੀਨ ਨੂੰ ਵੀ ਹੁਣ ਕੱਲ੍ਹ ਦੀ ਧੁੱਪ ਲਵਾਉਣੀ ਪਊਗੀ। ਜੇ ਕੱਲ੍ਹ ਨੂੰ ਧੁੱਪ ਨਿਕਲੀ ਤਾਂ ਉਹ ਤੋਂ ਬਾਅਦ ਇਹਦੇ ਤਰਪਾਲ ਤਰਪੂਲ ਪੈਂਦੀ ਹੋਊਗੀ। ਕਿਉਂ ਫੋਰਮੈਨ ਜੇ ਅੱਜ ਦੀ ਧੁੱਪ ਲੱਗ ਜਾਂਦੀ ਤਾਂ ਤਰਪਾਲ ਤਰਪੂਲ ਇਹਦੇ ਪੈ ਜਾਂਦੇ, ਹੁਣ ਕੀ ਫਿਰ ਮਤਲਬ ਸੁਕਾਉਣੀ ਪਊ ਕੱਲ ਨੂੰ ਜੇ ਧੁੱਪ ਨਿਕਲੀ ਤਾਂ? ਸੁਕਾਉਣੀ ਪਊਗੀ, ਸੁਕਾਉਣੀ ਨਹੀਂ ਤਾਂ ਜਰ ਫੜ ਲੂ ਮਸ਼ੀਨ, ਜਰ ਪਊਗੀ ਬਾਈ ਫਿਰ ਤਾਂ। ਬਾਕੀ ਸਮਾਨ ਸਮੂਨ ਟੂਲਾਂ 'ਚ ਪਾਉਣ ਦੀ ਸਲਾਹ ਸੀ? ਸਾਰਾ ਬਾਈ ਆਹ ਪਿਆ ਕੱਢਿਆ ਦੇਖ। ਠੀਕ ਆ ਠੀਕ ਆ, ਬੰਦਿਆਂ ਨੇ ਰੋਟੀ ਪਾਣੀ ਖਾ ਲਿਆ ਸੀ, ਜਿਹੜੇ ਆਪਾਂ 4 ਬੰਦੇ ਅੱਗੇ ਲੈ ਕੇ ਜਾਣੇ ਸੀ ਆਪਣੇ ਸਟੋਰ 'ਚ ਉਹ ਵੀ ਤਿਆਰ ਨੇ। ਮੀਂਹ ਹਟੂਗਾ ਤਾਂ ਇੱਥੋਂ ਅੱਗੇ ਜਾਵਾਂਗੇ, ਮੀਂਹ ਜ਼ੋਰ ਦਾ ਪਈ ਜਾਂਦਾ ਜਿਹਦੇ ਕਰਕੇ ਮੀਂਹ ਰੁਕਣ ਤੋਂ ਬਾਅਦ ਹੀ ਚੱਲਾਂਗੇ ਇੱਥੋਂ। ਸਟੈਂਡ 'ਚ ਲਾ ਦਾਂਗੇ ਅਤੇ ਮੁੜਦੇ ਹੋਏ ਇੱਥੇ ਹੀ ਚੱਕ ਲਾਂਗੇ। ਮੋਟਰਸਾਈਕਲ ਆਪਾਂ ਨੇ ਇੱਥੇ ਸਟੈਂਡ 'ਚ ਲਾਤਾ ਅਤੇ ਜਦੋਂ ਆਪਾਂ ਵਾਪਸ ਮੁੜ ਕੇ ਆਵਾਂਗੇ ਇੱਥੋਂ ਮੋਟਰਸਾਈਕਲ ਚੱਕ ਲਾਂਗੇ। ਆਪਾਂ ਨੂੰ ਜਿਹੜਾ ਲਵੇ ਸ਼ਹਿਰ ਪੈਂਦਾ ਉੱਥੇ ਪਹੁੰਚ ਗਏ ਅਤੇ ਇੱਥੋਂ ਆਪਾਂ 32 ਕਿਲੋਮੀਟਰ ਇੱਥੋਂ ਦੂਜਾ ਸ਼ਹਿਰ ਪੈਂਦਾ ਉੱਥੇ ਚੱਲਾਂਗੇ। ਉੱਥੋਂ ਆਪਾਂ ਟ੍ਰੇਨ ਫੜਾਂਗੇ, ਟ੍ਰੇਨ ਫੜ ਕੇ ਫਿਰ ਅੱਗੇ ਆਪਾਂ ਆਪਣੇ ਠਿਕਾਣੇ 'ਤੇ ਪਹੁੰਚਾਂਗੇ। ਇੱਥੋਂ ਆਪਾਂ ਬੱਸ ਫੜਦੇ ਅਤੇ ਚੱਲਦੇ ਅੱਗੇ। ਆਹ ਮੁੰਡਾ ਯਾਰ ਇੱਥੋਂ ਪੰਜਾਬ ਨੂੰ ਹੁਣ ਕਿਉਂ ਸੋਨੀ ਬਾਈ ਚੱਲਿਆ? ਠੀਕ ਆ, ਧਿਆਨ ਨਾਲ ਜਾਈ, ਠੀਕ ਆ। ਅਸੀਂ ਇੱਥੋਂ ਇੱਧਰੋਂ ਜਾਂਦੇ ਹਾਂ, ਤੂੰ ਇੱਥੋਂ ਆਪਦਾ ਇੱਧਰੋਂ ਹੋ ਜਾ ਪੰਜਾਬ ਨੂੰ। ਠੀਕ ਆ, ਆਪਾਂ ਸਟੇਸ਼ਨ 'ਤੇ ਪਹੁੰਚ ਗਏ ਅਤੇ ਅੰਦਰ ਚੱਲ ਕੇ ਟਿਕਟਾਂ ਟੁਕਟਾਂ ਲੈਂਦੇ ਹਾਂ, ਫਿਰ ਦੇਖਦੇ ਹਾਂ ਵੀ ਟ੍ਰੇਨ ਕਿੰਨੇ ਕੁ ਵਜੇ ਤੱਕ ਆਉਂਦੀ ਆ ਅਤੇ ਉਡੀਕ ਕਰਦਾ ਟ੍ਰੇਨ ਦੀ, ਟਿਕਟਾਂ ਟੁਕਟਾਂ ਲੈਂਦੇ ਪਹਿਲਾਂ ਚੱਲ ਕੇ। ਸਟੇਸ਼ਨ 'ਤੇ ਪਹੁੰਚ ਗਏ ਆਪਾਂ ਅਤੇ ਟਿਕਟਾਂ ਲੈ ਲਈਆਂ, ਇੱਥੋਂ ਅੱਗੇ ਜਾਣ ਦੀ ਤਿਆਰੀ ਆ ਹੁਣ। ਕਿਉਂ ਮਾਮਾ ਤਿਆਰੀ ਆ? ਬਹੁਤ ਠੀਕ ਆ ਠੀਕ ਆ। ਸ਼ੋਭਰ ਕਹਿੰਦੇ ਟ੍ਰੇਨ ਨੂੰ ਉਡੀਕ ਰਿਹਾ ਸੀ, ਪਰ ਜਦੋਂ ਆ ਗਈ ਜਦੋਂ ਫੜ ਲੈਣੀ ਆ। ਬਹੁਤ ਠੀਕ ਆ।
हो जाए तो तैयारी है। ट्रेन अपनी आ गई तो सीटा शूटा मिल गई तो चलन से तो रेंदे ने 20 मिनट 20 मिनट बाद चलते हैं तो करते हैं सफर स्टार्ट। ये ट्रेन अपन सवेरे 3 बजे अपने स्टेशन पर ला दूगी अगे जिते अपने उतरना। क्यों पता कितने बजे उतार दी जी ट्रेन? 3 बजे। ठीक है ठीक। टाइम करीब 2:10 हो गए तो अपनी ट्रेन चल पी स्टेशन तो। जे आप अपने सफर की गल करिए जो है अपना सफर आ ये तकरीबन 13-14 घंटे का। आप सवेरे 3-4 बजे अपने स्टेशन तो उतर जाएंगे जी। टाइम करीब 4 बज गए तो आप अपने ठिकाने तो 10 किलोमीटर पिछे स्टेशन से उतर गए तो हूँ इतों बस बुस या आटो देख दो। कोई बस का टाइम मुश्किल आ जे बस लेट होंगी हुई तो आटो करावे आप आटो करा के आप अपने ठिकाने पर चलते हाँ। ਆਪਾਂ ਆਪਣੇ ਰੂਮ 'ਚ ਪਹੁੰਚ ਗਏ। ਆਪਾਂ ਕੱਲ੍ਹ ਦੁਪਹਿਰੇ ਟ੍ਰੇਨ 'ਚ 2 ਵਜੇ ਬੈਠੇ ਸੀ ਅਤੇ ਟ੍ਰੇਨ ਨੇ ਅੱਜ ਸਵੇਰੇ 4 ਵਜੇ ਆਪਾਂ ਨੂੰ ਸਟੇਸ਼ਨ 'ਤੇ ਲਾਤਾ ਸੀ। ਉਹ ਤੋਂ ਬਾਅਦ ਆਪਾਂ ਨੇ ਉੱਥੋਂ ਆਟੋ ਫੜ ਕੇ ਬੱਸ ਸਟੈਂਡ 'ਚ ਆ ਗਏ, ਬੱਸ ਫੜ ਕੇ ਅਤੇ ਆਪਣੇ ਰੂਮ 'ਚ ਆ ਗਏ। ਹੁਣ ਚਾਹ ਪਾਣੀ ਪੀਂਦੇ ਹਾਂ। ਚਾਹ ਪਾਣੀ ਪੀਣ ਤੋਂ ਬਾਅਦ 1.5 ਘੰਟਾ ਆਰਾਮ ਕਰਦੇ ਹਾਂ। ਆਰਾਮ ਕਰਨ ਤੋਂ ਬਾਅਦ ਫਿਰ ਜਿਹੜੇ ਕੰਮ ਪਿੱਛੇ ਆਪਾਂ ਆਏ ਹਾਂ ਸਮਾਨ ਦੀਆਂ ਲਿਸਟਾਂ ਬਣਾਉਣੀਆਂ ਨੇ, ਉਹ ਸਮਾਨ ਦੀਆਂ ਲਿਸਟਾਂ ਬਣਾਵਾਂਗੇ। ਜਿਹੜਾ ਜਿਹੜਾ ਵੀ ਸਪੇਅਰ ਪਾਰਟ ਪੰਜਾਬ 'ਚੋਂ ਲਿਆਉਣ ਵਾਲਾ ਹੋਊਗਾ ਉਹਦੀ ਲਿਸਟ ਬਣਾਵਾਂਗੇ ਅਤੇ ਪੰਜਾਬ 'ਚੋਂ ਲੈ ਕੇ ਆਵਾਂਗੇ। ਆਰਾਮ ਕਰ ਲਿਆ, ਚਾਹ ਪਾਣੀ ਪੀ ਲਿਆ, ਫਿਰ ਰੋਟੀ ਪਾਣੀ ਖਾ ਪੀ ਲਿਆ। ਹੁਣ ਰੂਮ ਦਾ ਸਮਾਨ ਲਗਾਉਣ ਲਿਖਣ ਜਿਹਦੇ ਕਰਕੇ ਆਪਾਂ ਆਏ ਸੀ। क्यों चल रहा है मामा, चल रहा काम? बस ठीक है ठीक है। बना लो लिस्टा जी, बना के चलिए फिर मशीन को दोबारा। ठीक है।